ਵਿੱਚ ਰੱਖੀਆਂ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸੀਂ ਸਿਦਕਾਂ ਨਾਲ ਨਿਭਾਈਆਂ ਪੂੰਜਾਂ ਵਾਂਗ ਪਰਾਉਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਂ ਚੀਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਭਾਈ ਗੁਲਜ਼ਾਰ ਚਾਹਲ ਜੀ ਉਹ ਵੀ ਆਏ ਹੋਏ ਨੇ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਸੋ ਮੇਰਾ ਵੀਰ ਅਮਰਗੜ੍ਹ ਤੋਂ ਬਹੁਤ ਹੀ ਵਧੀਆ ਇੱਕ ਗਰੁੱਪ ਚਲਾ ਰਹੇ ਨੇ ਹੀਰਾ ਗਰੁੱਪ ਉਹ ਵੀ ਪਹੁੰਚੇ ਹੋਏ ਨੇ ਥੈਂਕ ਯੂ ਜੀ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾ ਕੱਢਦੀ ਨੀ ਉੱਤੇ ਤੋਤੇ ਪਾਵਾਂ ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਕਿਸੇ ਵੀ ਪਿਓ ਦੀ ਧੀ ਜਦੋਂ ਜਵਾਨ ਹੁੰਦੀ ਹੈ ਤਾਂ ਹਰ ਇੱਕ ਮਾਂ ਪਿਓ ਨੂੰ ਇਹ ਫਿਕਰ ਲੱਗਿਆ ਰਹਿੰਦਾ ਹੈ ਕਿ ਇਸ ਅਣਜਾਣ ਉਮਰ ਦੇ ਵਿੱਚ ਮੇਰੀ ਧੀ ਕੋਈ ਐਸੀ ਗਲਤੀ ਨਾ ਕਰ ਲਵੇ ਜਿਹਦੇ ਨਾਲ ਮੇਰੀ ਸ਼ਰੀਕੇ ਦੇ ਵਿੱਚ ਅੱਖ ਨੀਵੀਂ ਹੋਵੇ ਮੇਰੀ ਪੱਗ ਨੂੰ ਦਾਗ ਲੱਗੇ ਪਰ ਚੰਗੇ ਸੰਸਕਾਰਾਂ ਦੇ ਨਾਲ ਪਲੀ ਹੋਈ ਧੀ ਆਪਣੇ ਪਿਓ ਦੀ ਪੱਗ ਬਾਰੇ ਕੀ ਸੋਚਦੀ ਜਰਾ ਗੌਰ ਨਾਲ ਸੁਣਨਾ ਹਾਂਜੀ ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਫਿਕਰਾਂ ਵਿੱਚ ਡੁੱਬਿਆ ਨੀ ਮੇਰਾ ਬਾਬਲ ਭੋੜਾ ਫਿਕਰ
ਵਿੱਚ ਡੁੱਬਿਆ ਨੀ ਮੇਰਾ ਬਾਬਲ ਫੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਥੈਂਕ ਯੂ ਜੀ ਮਿਹਰਬਾਨੀ।